ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਾਰਕੀਟ ਕਮੇਟੀ ਫਗਵਾੜਾ ਦੇ ਦਫ਼ਤਰ ਨਵੀਂ ਦਾਣਾ ਮੰਡੀ ਫਗਵਾੜਾ ਵਿਖੇ ਚੇਅਰਮੈਨ ਮਾਰਕੀਟ ਕਮੇਟੀ ਨਰੇਸ਼ ਭਾਰਦਵਾਜ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਕਣਕ ਖਰੀਦ ਦੇ ਆ ਰਹੇ ਸੀਜ਼ਨ, ਕਣਕ ਦੀ ਅਦਾਇਗੀ ਸੰਬੰਧੀ ਬਣਾਏ ਗਏ ਕਾਨੂੰਨਾਂ ਅਤੇ ਹੋਰ ਪਾਸ ਕੀਤੇ ਕਾਨੂੰਨਾਂ ਬਾਰੇ ਵਿਚਾਰਾਂ ਹੋਈਆਂ। ਨਰੇਸ਼ ਭਾਰਦਵਾਜ ਨੇ ਕਿਹਾ ਕਿ ਕਣਕ ਦੀ ਸਿੱਧੀ ਅਦਾਇਗੀ ਨੂੰ ਲੈ ਕੇ FCI ਵੱਲੋਂ ਬਕਾਏ ਜਮ੍ਹਾਂਬੰਦੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਆੜ੍ਹਤੀਆਂ ਦੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਜੋ ਮੰਗਾਂ ਹਨ, ਇਸ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦਾ ਹਿੱਸਾ ਬਰਕਰਾਰ ਰੱਖਣ ਬਾਰੇ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਪਾਲਿਸੀ ਅਨੁਸਾਰ ਕੁਝ ਉਲਝਣਾਂ ਪੈਦਾ ਹੋ ਰਹੀਆਂ ਹਨ। ਇਸ ਨੂੰ ਲੈ ਕੇ ਉਹਨਾਂ ਦਾ ਇੱਕ ਵਫਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲਣ ਜਾ ਰਿਹਾ ਸੀ ਅਤੇ ਉਮੀਦ ਹੈ ਕਿ ਕੇਂਦਰ ਸਰਕਾਰ ਸਕਾਰਾਤਮਕ ਰਵੱਈਆ ਅਪਣਾਏਗੀ। ਉਹਨਾਂ ਕਿਹਾ ਕਿ ਸਰਕਾਰ ਨੇ ਜੇਕਰ ਸਿੱਧੀ ਅਦਾਇਗੀ ਦੀ ਜਿੱਦ ਨਾ ਛੱਡੀ ਤਾਂ ਅਦਾਇਗੀ ਜੇਕਰ ਆੜ੍ਹਤੀਆਂ ਰਾਹੀਂ ਨਾ ਹੋਈ ਤਾਂ ਇਸ ਨੂੰ ਲੈ ਕੇ ਕਠੋਰ ਫੈਸਲੇ ਲਏ ਜਾਣਗੇ। ਉਹਨਾਂ ਕੇਂਦਰ ਸਰਕਾਰ ਪਾਸੋਂ ਕਣਕ ਦੀ ਸਿੱਧੀ ਅਦਾਇਗੀ ਦੀ ਬਜਾਏ ਅਦਾਇਗੀ ਆੜ੍ਹਤੀਆਂ ਰਾਹੀਂ ਕਰਨ ਅਤੇ FCI ਵੱਲੋਂ ਪਏ ਬਕਾਏ ਜਲਦ ਦੇਣ ਦੀ ਮੰਗ ਕੀਤੀ। ਅੱਜ ਆੜ੍ਹਤੀ ਐਸੋਸੀਏਸ਼ਨ ਦੀ ਸਾਡੀ ਮੀਟਿੰਗ ਮਾਰਕੀਟ ਦਫ਼ਤਰ ਵਿਖੇ ਹੋਈ ਆ, ਜਿਹਦੇ ਵਿੱਚ ਸਮੂਹ ਆੜ੍ਹਤੀ ਸਾਹਿਬਾਨ ਮੀਟਿੰਗ ਦੇ ਵਿੱਚ ਹਾਜ਼ਰ ਹੈ। ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਜਿਹੜਾ ਸਾਡਾ ਇਹੀ ਆ, ਕਿਉਂਕਿ 10 ਤਰੀਕ ਨੂੰ ਗੌਰਮੈਂਟ ਦੀ ਜਿਹੜੀ ਆ ਪ੍ਰਕਿਓਰਮੈਂਟ ਸ਼ੁਰੂ ਹੋ ਰਹੀ ਆ, ਕਣਕ ਦਾ ਸੀਜ਼ਨ ਸ਼ੁਰੂ ਹੋ ਰਹੀ, ਖਰੀਦ ਉਹਦੇ ਸੰਬੰਧ ਦੇ ਵਿੱਚ ਸਾਡੀਆਂ ਗੌਰਮੈਂਟ ਦੇ ਨਾਲ ਸੈਂਟਰ ਗੌਰਮੈਂਟ ਜਾਂ ਪੰਜਾਬ ਸਰਕਾਰ ਦੇ ਨਾਲ ਸਾਡੀਆਂ ਕੁਛ 4 ਜ਼ਰੂਰੀ ਮੰਗਾਂ ਸੀਗੀਆਂ, ਜਿਹਦੇ ਵਿੱਚ ਸਿੱਧੀ ਪੇਮੈਂਟ ਦੀ ਅਦਾਇਗੀ ਫਾਰਮਰ ਨੂੰ, FCI ਵਾਲਾ ਜਿਹੜਾ ਸਾਡਾ ਬਕਾਇਆ 131 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਵਾਲਾ ਆ, ਜਾਂ ਜਮ੍ਹਾਂਬੰਦੀ ਦੀਆਂ ਸੀਗਾ, ਜਮ੍ਹਾਂਬੰਦੀ ਫਰਦਾ ਦਾ ਜਿਹੜਾ ਸੰਯੁਕਤ ਮੋਰਚੇ ਨੇ ਪਹਿਲਾਂ ਕਲੀਅਰ ਕਰਤਾ ਵੀ ਅਸੀਂ ਨਹੀਂ ਦੇਣਾ। ਬਾਕੀ ਜਿਹੜੇ ਸਾਡੇ 3 ਮੁੱਦੇ ਰਹਿ ਗਏ ਸੀ, ਉਹਦੇ ਸੰਬੰਧ ਦੇ ਵਿੱਚ ਕੱਲ੍ਹ ਸਾਡੀ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਵਿਖੇ, ਉੱਥੇ ਪੰਜਾਬ ਸਰਕਾਰ ਦੇ ਨਾਲ, ਪੰਜਾਬ ਸਰਕਾਰ ਨੇ ਸਾਨੂੰ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਵਾਇਆ ਵੀ ਜਿਹੜਾ ਹੈਗਾ ਆ ਵੀ ਉਹ ਇਸ ਮਸਲੇ ਨੂੰ ਬਿਲਕੁਲ ਨਹੀਂ ਉਲਝਣ ਦੇਣਗੇ ਔਰ ਇਹਦਾ ਅੱਛੇ ਤਰੀਕੇ ਦੇ ਨਾਲ ਵਧੀਆ ਹੱਲ ਕਰਨਗੇ, ਜਿਹੜਾ ਕਿ ਕਿਸਾਨ ਅਤੇ ਜੀ ਆੜ੍ਹਤੀ ਦਾ ਰਿਸ਼ਤਾ ਇਸ ਤਰ੍ਹਾਂ ਹੀ ਬਰਕਰਾਰ ਰਹੇ, ਇਹਦੇ ਵਿੱਚ ਕਿਸੇ ਕਿਸਮ ਦੀ ਤਰੇੜ ਨਾ ਪਵੇ, ਜੋ ਕਿ ਸੈਂਟਰ ਸਰਕਾਰ ਜਿਹੜੀ ਦੀ ਪੋਲਸੀ ਆ ਉਹਦੇ ਮੁਤਾਬਕ ਉਲਝਣਾਂ ਪੈਦਾ ਹੋ ਰਹੀਆਂ ਆ। ਅੱਜ ਸਾਡਾ ਇੱਕ ਬਹੁਤ ਵੱਡਾ ਵਫਦ ਜਿਹੜਾ ਆ ਦਿੱਲੀ ਸ਼੍ਰੀ ਪਿਊਸ਼ ਗੋਇਲ ਜੀ ਦੇ ਨਾਲ ਮੀਟਿੰਗ ਕਰਨ ਲਈ ਜਾ ਰਿਹਾ, ਉਸ ਮੀਟਿੰਗ ਤੋਂ ਬਾਅਦ ਸਾਨੂੰ ਉਮੀਦ ਹੈ ਵੀ ਸੈਂਟਰ ਸਰਕਾਰ ਜਿਹੜਾ ਕੋਈ ਪੰਜਾਬ ਸਰਕਾਰ ਦੀ ਬੇਨਤੀ ਦੇ ਉੱਪਰ ਪੋਜ਼ਿਟਿਵ ਰਵੱਈਆ ਅਪਣਾਏਗੀ। ਅਗਰ ਸੈਂਟਰ ਸਰਕਾਰ ਨੇ ਜਿਹੜੀ ਆ ਡਾਇਰੈਕਟ ਪੇਮੈਂਟ ਪਾਉਣ ਦੀ ਜਿੱਦ ਨਾ ਛੱਡੀ, ਪੇਮੈਂਟ ਥਰੂ ਆੜ੍ਹਤੀਆਂ ਨਾ ਹੋਈ, ਚਾਹੇ ਉਹ ਪੰਜਾਬ ਸਰਕਾਰ ਕਰਾਵੇ ਚਾਹੇ ਉਹ ਸੈਂਟਰ ਸਰਕਾਰ ਕਰਾਵੇ, ਜੇ ਸਰਕਾਰਾਂ ਨੇ ਸਾਡਾ ਨਾ ਕੀਤਾ ਤਾਂ ਸਾਨੂੰ ਮਜਬੂਰਨ ਜਿਹੜਾ ਇਹਦੇ ਲਈ ਕਠੋਰ ਫੈਸਲੇ ਲੈਣੇ ਪੈਣਗੇ। ਔਰ ਫੈਡਰੇਸ਼ਨ ਆਰਟ ਪੰਜਾਬ ਦੇ ਬੈਨਰ ਥੱਲੇ ਜੋ ਵੀ ਸਾਡੀ ਫੈਡਰੇਸ਼ਨ ਆਰਟ ਪੰਜਾਬ ਫੈਸਲਾ ਕਰੇਗੀ, ਉਸ ਲਈ ਸਾਰੇ ਆੜ੍ਹਤੀ ਜਿਹੜੇ ਸਮੂਹ ਆ ਇਸ ਗੱਲ ਲਈ ਲਾਭਵੰਦ ਆ। ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਆ, ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਅਸੀਂ ਜੇ ਡਾਇਰੈਕਟ ਪੇਮੈਂਟ ਹੁੰਦੀ ਆ ਅਤੇ ਫੈਡਰੇਸ਼ਨ ਆਫ ਆੜ੍ਹਤੀ ਪੰਜਾਬ ਵੱਲੋਂ ਜੇ ਕੋਈ ਵੀ ਸਖ਼ਤ ਫੈਸਲਾ ਆਉਂਦਾ, ਚਾਹੇ ਉਹਦੇ ਵਿੱਚ ਕਿਉਂ ਨਾ ਮੰਡੀਆਂ ਦੀ ਜਿਹੜੀ ਪ੍ਰਕਿਓਰਮੈਂਟ ਦੇ ਵਿੱਚ ਬਿਲਕੁਲ ਮੰਡੀਆਂ ਬੰਦ ਕਰਨ ਦਾ ਹੋਵੇ, ਅਸੀਂ ਪ੍ਰਕਿਓਰਮੈਂਟ ਦੇ ਵਿੱਚ ਬਿਲਕੁਲ ਹੀ ਸਾਥ ਦੇਵਾਂਗੇ, ਉਹਦੇ ਵਿੱਚ ਜ਼ਿਮੀਦਾਰ ਦਾ ਮਾਲ ਆਵੇ ਢੇਰੀ ਹੋਵੇ, ਲੇਕਿਨ ਨਾ ਉਹਦੀ ਸਫਾਈ ਕਰਾਂਗੇ ਨਾ ਤੁਲਾਈ ਕਰਾਂਗੇ, ਨਾ ਹੀ ਅਸੀਂ ਉਹਨੂੰ ਗੋਦਾਮਾਂ ਤੱਕ ਪਹੁੰਚਾਉਣ ਦੀ ਕੋਈ ਆਪਣੀ ਜ਼ਿੰਮੇਵਾਰੀ ਸਮਝਾਂਗੇ ਜੇ ਸਰਕਾਰ ਨੇ ਸਾਡੇ ਨਾਲ ਕਿਸੇ ਦਾ ਧੱਕਾ ਕੀਤਾ। ਅਤੇ ਜੇ ਅਗਰ ਸਰਕਾਰ ਸਾਡੀ ਇਹ ਬੇਨਤੀ ਨੂੰ ਕਬੂਲ ਕਰਦੀ ਆ, ਅਸੀਂ ਸਰਕਾਰ ਦੇ ਧੰਨਵਾਦੀ ਵੀ ਹੋਵਾਂਗੇ, ਅਤੇ ਜਿਸ ਤਰ੍ਹਾਂ ਅੱਗੇ ਪ੍ਰਕਿਓਰਮੈਂਟ ਹੁੰਦੀ ਆ ਉਸੇ ਤਰ੍ਹਾਂ ਜਿਹੜੀ ਪ੍ਰਕਿਓਰਮੈਂਟ ਵਧੀਆ ਤਰੀਕੇ ਦੇ ਨਾਲ ਕਰਵਾਵਾਂਗੇ। ਅੱਜ ਦੀ ਸਾਡੀ ਮੇਨ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਜਿਹੜਾ ਸਾਡਾ ਸੈਂਟਰ ਸਰਕਾਰ ਵਾਲਾ ਮੇਨ 3 ਸਾਡੀਆਂ ਜਿਹੜੀਆਂ 2 ਮੰਗਾਂ ਹੈਗੀਆਂ, ਇੱਕ ਡਰ ਪੇਮੈਂਟ ਜਿਹੜੀ ਫਾਰਮਰ ਨੂੰ ਦੀ ਬਜਾਏ ਆੜ੍ਹਤੀ ਥਰੂ ਜੋ ਕਿ ਸਿਸਟਮ ਸਦੀਆਂ ਪੁਰਾਣਾ ਚੱਲਦਾ ਹੈ ਉਹ ਹੋਵੇ, ਦੂਸਰਾ FCI ਵਾਲਾ ਜਿਹੜੇ ਸਾਡੇ ਬਕਾਏ ਆ ਉਹ ਮੈਨ, ਤੀਸਰਾ ਜਿਹੜਾ 131 ਕਰੋੜ ਰੁਪਇਆ ਪੰਜਾਬ ਸਰਕਾਰ ਵਾਲਾ ਜਿਹਦਾ ਕਿ CM ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕੱਲ੍ਹ ਵੀ ਅਤੇ ਪਹਿਲਾਂ ਵੀ ਵੀ ਇਹ ਪੇਮੈਂਟ ਤੁਹਾਡੀ ਬੜੀ ਜਲਦੀ ਰਿਲੀਜ਼ ਹੋ ਜਾਏਗੀ। ਮੈਂ ਸਮਝਦਾ ਉਹ ਮਸਲਾ ਆਲਮੋਸਟ ਸਾਡਾ ਹੱਲ ਹੋ ਗਿਆ ਹੈ, ਬਾਕੀ ਇਹ ਮਸਲੇ ਅਸੀਂ ਜਿਹੜੇ ਆ ਅਸੀਂ ਅੱਜ ਸ਼ਾਮ ਜਾਂ ਕੱਲ੍ਹ ਤੱਕ ਇਹਦਾ ਵੇਟ ਕਰਾਂਗੇ। ਅਗਰ ਪੋਜ਼ਿਟਿਵ ਰਿਸਪੋਂਸ ਨਹੀਂ ਆਉਂਦਾ ਤਾਂ ਅਸੀਂ ਅਨਿਸ਼ਚਿਤ ਕਾਲ ਜਿਹੜੀਆਂ ਉਹ ਮੰਡੀਆਂ ਬੰਦ ਕਰਨ ਲਈ ਮਜਬੂਰ ਹੋਵਾਂਗੇ।